ਕੀ ਨਾਮ ਹੈ? ਬੈਠ ਜੀ, ਸੁਖਵੀਰ ਸਿੰਘ ਜੀ। ਕੀ ਅੱਜ ਜਿਹੜਾ ਗੁਰਦੁਆਰੇ 'ਚ ਕੀ ਘਟਨਾ ਵਾਪਰੀ? ਘਟਨਾ ਇਹ ਹੋਈ ਆ, ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ। ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ, ਬੇਅਦਬੀ ਦੇ ਚੱਕਰ 'ਚ ਤਾਂ ਨਹੀਂ ਜੀ ਆਇਆ ਉਹ, ਵੈਸੇ ਹੀ ਅਸੀਂ ਗਾਹਾਂ ਚੋਰੀ ਦੇ ਚੱਕਰ 'ਚ ਸੀਗਾ ਜੀ। ਕਿੰਨੀ ਸਾਲ ਦਾ ਬੱਚਾ ਸੀਗਾ? ਛੋਟਾ ਹੀ ਸੀ ਬੱਚਾ ਜੀ। ਉਹਨੂੰ ਸਾਰਾ ਸਮਝਾਤਾ ਵੀ ਗਾਹਾਂ ਵਾਸਤੇ ਇੱਥੇ ਕੋਈ ਅਣਸਖਾ ਵੀ ਘਟਨਾ ਨਾ ਵਾਪਰੀ। ਉਹਦੇ ਘਰਦਿਆਂ ਨੂੰ ਹੁਣ ਬੁਲਾ ਕੇ ਸਾਰੀ ਗੱਲ ਕਰਾਂਗੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ? ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀਗਾ ਜੀ। ਅਤੇ ਹੁਣ ਬੱਚੇ ਨੂੰ ਕਿੱਥੇ ਆ? ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਵਿਦਿਆਰਥੀ ਦਮਦਮੀ ਟਕਸਾਲ। ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ, ਕੀ ਘਟਨਾ? ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗੁਲਾਬਾ ਅਤੇ ਪੰਜਾਬਾ ਅਤੇ ਸਮਰਾਲੇ ਦੇ ਵਿੱਚ ਸਥਿਤ ਹੈ ਅਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਅਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫ਼ੀ ਮੰਗ ਲਈ ਆ ਅਤੇ ਚਲੋ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ ਜੇ ਸ਼ਰਨ ਆਵੇ ਅਤੇ ਸਕੰਠ ਲਾਵੇ ਔਰ ਬਿਰਧ ਸੁਆਮੀ ਸੰਧਾ, ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਇੱਕ ਨਾਲ ਲਾਉਂਦੇ ਨੇ ਅਤੇ ਵੱਡਾ ਪੰਨ ਹੈ ਜਥੇਬੰਦੀਆਂ ਦਾ ਅਤੇ ਪ੍ਰਸ਼ਾਸਨ ਦਾ। ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹਦੇ 'ਤੇ ਕੀ ਕਾਰਵਾਈ ਕੀਤੀ? ਉਹਦੇ 'ਤੇ ਅਸੀਂ ਇਕੱਠੇ ਹੋ ਕੇ ਕਮੇਟੀ 'ਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਪਾਵਾਂਗੇ। ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਹੋਵੇ ਅਤੇ ਯੋਗ ਹੋਵੇ ਅਤੇ ਗ੍ਰੰਥੀ ਸਿੰਘ ਯੋਗ ਹੋਵੇ ਅਤੇ ਜਿਹੜੀਆਂ ਬੇਅਦਬੀਆਂ ਅਤੇ ਨਰਾਦਰੀਆਂ ਇਹ ਸਤਿਗੁਰਾਂ ਦੀਆਂ ਬਾਹਾਂ ਤੋਂ ਹਟਾਈਆਂ ਜਾ ਸਕਣ। ਹਾਂਜੀ ਸਰ, ਜਿਹੜੀ ਮਸੰਦ ਮਹੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਘਟਨਾ ਹੋਈ? ਇੱਥੇ ਨਾ ਛੋਟਾ ਜਿਹਾ ਬੱਚਾ ਸੀ 12 ਕੁ ਸਾਲ ਦਾ, ਉਹ ਜਿਹੜਾ ਸਾਨੂੰ ਤਾਂ ਐਂ ਲੱਗ ਰਿਹਾ ਜਿਵੇਂ ਥੋੜ੍ਹਾ ਜਿਹਾ ਕੋਈ ਛੋਟੀ ਮੋਟੀ ਚੋਰੀ ਦੇ ਇਰਾਦੇ ਨਾਲ ਆਇਆ ਸੀ, ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਉਹਦੇ ਵਿੱਚ ਸੁਣਨ ਨੂੰ ਇਹ ਵੀ ਆ ਰਿਹਾ ਵੀ ਕੋਈ ਬੇਅਦਬੀ ਕਰਨ ਦੀ? ਨਹੀਂ ਨਹੀਂ, ਕੋਈ ਬੇਅਦਬੀ ਵਾਲਾ ਕੋਈ ਗੱਲ ਨਹੀਂ। ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰ ਪਾਏ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ।